ਸੰਧਾ ਪੰਜਾਬ ਟੀਵੀ ਚੈਨਲ ਗਰੀਬਾਂ ਦੀ ਸਹਾਇਤਾ ਵਾਸਤੇ ਖੋਲ੍ਹਿਆ ਗਿਆ ਹੋਇਆ ਹੈ। ਇਸ ਚੈਨਲ ਤੇ ਗਰੀਬਾਂ ਵਾਸਤੇ ਆਵਾਜ਼ ਉਠਾਈ ਜਾਂਦੀ ਹੈ। ਕੋਈ ਵੀ ਖਬਰ ਹੋਵੇ ਛੋਟੀ ਜਾਂ ਵੱਡੀ ਤੁਸੀਂ ਇਸ ਚੈਨਲ ਦੇ ਸਕਦੇ ਹੋ। ਇਹ ਸਾਡਾ ਆਫਿਸ ਹੈਗਾ ਸੰਧਾ ਪੰਜਾਬ ਦਾ। ਮੈਨੂੰ ਕੀ ਗੱਲ ਪੁੱਛ ਰਹੇ ਨਾ, ਤੁਸੀਂ ਹਰ ਪ੍ਰਕਾਰ ਦੀਆਂ ਖਬਰਾਂ ਲਾਉਂਦੇ ਹੋ, ਹਰ ਚੀਜ਼ ਦੀਆਂ ਲਾਉਂਦੇ ਹੋ, ਕੋਈ ਗਰੀਬਾਂ 'ਤੇ ਤੁਸੀਂ ਆਵਾਜ਼ ਨਹੀਂ ਚੁੱਕਦੇ ਹੋ। ਅੱਜ ਇਹਦੀ ਖਬਰ ਹੈਗੀ, ਕੋਈ ਵੀ ਖਬਰ ਹੋਵੇ ਤਾਂ ਤੁਹਾਨੂੰ ਕੋਈ ਦਿੰਦੇ ਹੋ ਜਾਂ ਤੁਹਾਨੂੰ ਕੋਈ ਫੋਨ ਆਉਂਦਾ ਹੈ ਜਾਂ ਤੁਸੀਂ ਖੁਦ ਜਾਂਦੇ ਹੋ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਅਸੀਂ ਆਪਣਾ ਕੰਟੈਕਟ ਨੰਬਰ ਦਿੰਦੇ ਆ, ਜਿੰਨੇ ਵੀ ਸਾਨੂੰ ਕੁਛ ਦੱਸਣਾ ਸਾਡਾ ਕੰਟੈਕਟ ਨੰਬਰ ਲੈ ਸਕਦੇ ਆ। ਜੀ ਪਹੁੰਚੇ ਜੀ ਸਾਂਗੜਾ ਕਲੋਨੀ, ਇੱਥੋਂ ਸਰਪੰਚ ਸਾਹਿਬ ਨਾਲ ਗੱਲ ਕਰਾਂਗੇ ਕਿ ਇਹਨਾਂ ਨੇ ਆਪਣੇ ਕੋਲ ਕਿੰਨਾ ਕਿੰਨਾ ਰਾਸ਼ਨ ਦਿੱਤਾ ਹੈ ਅਤੇ ਕਦੋਂ ਤੱਕ ਇਹਨਾਂ ਨੇ ਰਾਸ਼ਨ ਵੰਡਿਆ ਹੈ ਜਾਂ ਕੀ ਲੰਗਰ ਲਾਇਆ ਇਹਨਾਂ ਨੇ, ਅਤੇ ਪਿੰਡ ਸਰਪੰਚ ਪਿੰਡ ਦੇ ਸਰਪੰਚ ਸਾਹਿਬ ਨਾਲ ਗੱਲ ਕਰਦੇ ਹੋਏ ਤੁਹਾਡੇ ਨਾਲ ਗੱਲ ਕਰਦੇ ਹੋਏ। ਸਰਪੰਚ ਸਾਹਿਬ ਤੁਹਾਡਾ ਨਾਮ ਕੀ ਹੈ? ਸਰ ਅਦੋਂ ਤੁਸੀਂ ਕਿੰਨਾ ਕੁ ਰਾਸ਼ਨ ਵੰਡਿਆ ਹੈ? ਜਿਹੜੇ ਲੋੜਵੰਦੇ ਘਰਾਂ ਨੂੰ ਘਰ ਜਾ ਕੇ ਰਾਸ਼ਨ ਪਹੁੰਚਾਇਆ। ਸਰ ਲੋਕਡਾਊਨ ਹੋਏ ਨੂੰ 56 ਦਿਨ ਤੋਂ ਉੱਤੇ ਹੋ ਚੁੱਕੇ ਹੋਏ ਆ, ਕਾਰੋਬਾਰ ਸਾਰਿਆਂ ਦੇ ਬੰਦ ਪਏ ਸੀ, ਬਸ 4 ਦਿਨ ਹੋਏ ਆ ਜਾਂ ਲੋਕਡਾਊਨ ਖੁੱਲ੍ਹਿਆ ਆ, ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਇੱਥੇ ਸਰ ਇਹ ਤਾਂ ਇਹਨਾਂ ਵੀ ਕਾਰੋਬਾਰ ਚੱਲਣ ਵਧੀਆ ਗੱਲ ਹੈਗੀ ਆ, ਲੋਕਡਾਊਨ ਦੇ ਵਿੱਚ ਤਾਂ ਹਰ ਕੋਈ ਔਖਾ ਔਰ 20 ਕਰੀ ਆ ਪਾ ਕੇ ਬਹੁਤ ਜੀ। ਅਤੇ ਭਾਅ ਜੀ ਜਿਹੜਾ ਤੁਸੀਂ ਰਾਸ਼ਨ ਵੰਡਿਆ ਸੀ ਆਪਣੇ ਕੋਲੋਂ, ਅਤੇ ਉਹ ਤੁਸੀਂ ਕਿੰਨੀਆਂ ਕੁ ਕਿੱਟਾਂ ਦਿੱਤੀਆਂ ਸੀ ਜਾਂ ਕਿਸ ਤਰ੍ਹਾਂ ਮਤਲਬ ਤੁਸੀਂ ਘਰ ਘਰ ਜਾ ਕੇ ਦਿੱਤੀਆਂ ਸੀ ਜਾਂ ਉਹਨਾਂ ਨੂੰ ਕਿ ਕਿੱਟਾਂ ਵਿੱਚ ਸਰ ਕੀ ਕੀ ਆਇਆ ਸੀ? ਸਰ ਕਿੱਟ ਦੇ ਵਿੱਚ ਆਈ ਸਰ ਜਾਂ ਆਟਾ 10 ਕਿਲੋ, ਹਾਂਜੀ ਖੰਡ 2 ਕਿਲੋ, ਦਾਲ 2। ਭਾਅ ਜੀ ਤੁਹਾਨੂੰ ਲੱਗਦਾ ਕਿ ਆ ਦੋ ਤਿੰਨ ਚੀਜ਼ਾਂ ਦਾ ਮਤਲਬ ਘਰ ਦੀ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਨੇ? ਨਹੀਂ ਸਰ, ਇੰਨੇ ਨਾਲ ਤਾਂ ਨਹੀਂ ਹੁੰਦੀ, ਇਹ ਤਾਂ ਮਜ਼ਬੂਰੀ ਦਾ ਹੀ ਆ। ਜਿਸ ਤਰ੍ਹਾਂ ਤੁਹਾਨੂੰ ਪਤਾ ਲੋਕਡਾਊਨ ਫੈਲਿਆ ਆ, ਵਾਇਰਸ ਫੈਲਿਆ ਆ ਇਹਨਾਂ, ਇਹਦੇ ਵਿੱਚ ਤੁਸੀਂ ਆਪਣੀ ਸੇਫਟੀ ਕੀ ਰੱਖਦੇ ਜੇ? ਸਰ ਅਸੀਂ ਤਾਂ ਇਹੋ ਹੀ ਜਾਂਦੇ ਹਾਂ ਵੀ ਚਲੋ ਲੋਕਡਾਊਨ ਖੁੱਲ੍ਹਾ ਹੋਵੇ ਉਹਦਾ ਫਾਇਦਾ ਆ। ਸ਼ੁਰੂ ਹੋਇਆ ਸੀ, ਹਾਂਜੀ ਤੁਸੀਂ ਉਸ ਤੋਂ ਪਹਿਲਾਂ ਕੀ ਕੀਤਾ ਜੇ? ਅਸੀਂ ਪਹਿਲਾਂ ਸਰ ਆਪਣਾ ਪਿੰਡ ਦੇ ਸੰਗਤ ਦੇ ਨਾਲ ਇਕੱਠੇ ਹੋ ਕੇ ਲੰਗਰ ਲਗਾਇਆ, ਘਰ ਘਰ ਜਾ ਕੇ ਪਹੁੰਚਾਇਆ ਦੋ ਦੋ ਟਾਈਮ ਸ਼ਾਮ ਸਵੇਰੇ। ਪਰ ਭਾਅ ਜੀ ਤੁਹਾਨੂੰ ਇੰਨੀ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਇੱਕ ਕੋਲੀ ਦਾਲ ਅਤੇ 4 ਫੁਲਕੇ ਨਾਲ ਕਿਸੇ ਦਾ ਗੁਜ਼ਾਰਾ ਹੁੰਦਾ ਹੈ? ਇਹ ਸਰ ਗੁਜ਼ਾਰਾ ਤਾਂ ਨਹੀਂ ਹੋ ਸਕਦਾ, ਇੱਕ ਮਜ਼ਬੂਰੀ ਆਪਣਾ ਟਾਈਮ ਪਾਸ ਤਾਂ ਫਿਰ ਕਰਨਾ ਹੀ ਲੋਕਡਾਊਨ ਕਰਕੇ। ਜੀ ਸਰ, ਲੋਕਡਾਊਨ ਦੇ ਦੌਰਾਨ ਤੁਸੀਂ ਲੰਗਰ ਦਾ ਪ੍ਰਬੰਧ ਕੋਈ ਕੀਤਾ ਹੋਇਆ ਸੀ? ਹਾਂਜੀ ਸਰ। ਤੇ ਸਰਕਾਰ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਛ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ? ਸਰਕਾਰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਸਰਕਾਰ ਤਾਂ ਸਰ ਕੀ ਮੈਸੇਜ ਦੇ ਸਕਦੇ ਹਾਂ, ਸਰਕਾਰ ਆਪਣੇ ਸਾਥ ਹੀ ਕਿਉਂ ਵੀ, ਪਰ ਸਰਕਾਰ ਨੂੰ ਚਾਹੀਦਾ ਨਹੀਂ ਸੀ ਵੈਸੇ ਕਿ ਥੋੜ੍ਹਾ ਪ੍ਰਬੰਧ ਜ਼ਿਆਦਾ ਕਰਦੀ? ਉਹ ਤਾਂ ਸਰ ਚਾਹੀਦਾ ਹੀ ਆ, ਹੁਣ ਕੀ ਕਰ ਸਕਦੇ ਆ, ਜੋ ਵੀ ਸੰਗਤ ਦੇ ਨਾਲ ਆ ਜੋ ਜੋ ਪਿੰਡਾਂ ਦੇ ਵਿੱਚ ਵੰਡੇ ਉਹਦਾ ਦਿੱਤਾ ਸਰਕਾਰ ਨੇ, ਸਾਨੂੰ ਵੀ ਦਿੱਤਾ। ਲੋਕਡਾਊਨ ਹੋਇਆ 56 ਦਿਨ ਹੋ ਗਏ ਆ, ਇਹਦੇ ਵਿੱਚ ਸਰਪੰਚ ਸਾਹਿਬ ਨੇ ਜਿਹੜਾ ਰਾਸ਼ਨ ਵੰਡਿਆ ਘਰਾਂ ਘਰਾਂ 'ਚ ਜਾ ਕੇ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਕਹਿਣਾ ਇਹ ਚਾਹੁੰਦਾ ਜੀ, ਜੋ ਸਰਪੰਚ ਸਾਹਿਬ ਨੇ ਸਾਨੂੰ ਸਹਿਯੋਗ ਦਿੱਤਾ ਇੱਥੋਂ ਦੇ ਵਸਨੀਕਾਂ ਨੂੰ, ਉਹਦੀ ਸ਼ਲਾਘਾਯੋਗ ਆ। ਬਾਕੀ ਸਰਪੰਚ ਦੀ ਸਥਿਤੀ ਦੇ ਹਿਸਾਬ ਨਾਲ ਹੀ ਉਹ ਲੋਕਾਂ ਲਈ ਜਿਹੜੀ ਮਦਦ ਕਰ ਸਕਦਾ, ਬਾਕੀ ਤਾਂ ਕਿ ਸਰਪੰਚ ਆਪਣੇ ਕੋਲ ਇੰਨਾ ਰਾਸ਼ਨ ਦੇ ਸਕਦਾ ਅਤੇ ਨਾ ਹੀ ਗੌਰਮੈਂਟ ਨੇ ਪਤਾ ਨਹੀਂ। ਅਤੇ ਇਹਦੇ ਵਿੱਚ ਸਰਕਾਰ ਨੂੰ ਚਾਹੀਦਾ ਨਹੀਂ ਸੀ ਕਿ ਆਪਣੇ ਕੋਲੋਂ ਰਾਸ਼ਨ ਵਾਹਵਾ ਦਿੰਦੀ? ਸਰਪੰਚ ਦੇ ਬਿਆਨ ਸਰਕਾਰ ਦੇ ਬਿਆਨਾਂ ਦੇ ਅਨੁਸਾਰ ਤਾਂ ਬਹੁਤ ਕੁਛ ਉਹਨਾਂ ਨੇ ਵਧਾ ਚੜਾ ਕੇ ਕਿਹਾ ਸੀ ਕਿ ਅਸੀਂ ਘਰ ਘਰ ਰਾਸ਼ਨ ਦੇਵਾਂਗੇ, ਪਰ ਮੋਦੀ ਸਰਕਾਰ ਨੇ ਤਾਂ 500 ਰੁਪਇਆ ਵੀ ਕਹਿੰਦੇ ਅਕਾਊਂਟਾਂ 'ਚ ਪਾਇਆ। 500 ਰੁਪਏ ਨਾਲ ਗੁਜ਼ਾਰਾ ਹੁੰਦਾ ਘਰ ਦਾ? ਨਾ ਤਾਂ ਜੀ, 500 ਦੇ ਨਾਲ ਕਿਸੇ ਗਰੀਬ ਦਾ ਘਰ ਦਾ ਰੁਜ਼ਗਾਰ ਚੱਲ ਸਕਿਆ, ਅਤੇ ਐਵੇਂ ਲੋਕਾਂ ਨੂੰ ਹਰਾਸ਼ਮੈਂਟ ਦੇ ਵਿੱਚ ਹੀ ਪਾਇਆ। ਬੈਂਕਾਂ ਦੇ ਵਿੱਚ ਜਾ ਕੇ ਜਦੋਂ ਗਰੀਬਾਂ ਨੇ ਜਾ ਕੇ ਬੈਂਕਾਂ ਦੇ ਵਿੱਚ ਲਾਈਨਾਂ ਲਾਈਆਂ ਅਤੇ ਸਾਰਾ ਦਿਨ ਨਿਕਲ ਗਿਆ, ਕਿਸੇ ਨੂੰ 500 ਰੁਪਇਆ ਨਸੀਬ ਹੀ ਨਹੀਂ ਹੋਇਆ। ਉਹਨਾਂ ਬੈਂਕ ਵਾਲਿਆਂ ਨੇ ਉਹਨਾਂ ਨੂੰ ਬਹੁਤ ਤਪੱਸਿਆ ਕਰਵਾਈ, ਨਾ ਬੈਂਕ ਵਾਲਿਆਂ ਨੇ ਉਹਨਾਂ ਦਾ ਸਾਥ ਦਿੱਤਾ ਅਤੇ ਨਾ ਉਹਨਾਂ ਨੂੰ ਪੈਸਾ ਨਹੀਂ ਸਾਥ ਦਿੱਤਾ ਕਿ ਜਿਹੜੇ 500 ਇਹਦੇ ਵਿੱਚ। ਭਾਅ ਜੀ ਇੱਦਾਂ ਨਹੀਂ ਹੋ ਸਕਦਾ ਸੀ ਕਿ ਜਿੱਦਾਂ ਕਿ ਇਹ ਜਿੱਦਾਂ ਬੈਂਕ ਦੇ ਵਿੱਚ ਜਾ ਕੇ ਕਈ ਬੰਦੇ ਇਕੱਠੇ ਹੁੰਦੇ ਆ ਤਾਂ ਇਹਦਾ ਵਾਇਰਸ ਫੈਲਣ ਦਾ ਹੋਰ ਡਰ ਨਹੀਂ ਗਾ ਸੀ? ਇਹਦੀ ਇੱਕ ਬਹੁਤ ਵੱਡੀ ਜਿਹੜਾ ਜੀ ਹਾਦਸਾ ਹੋਣ ਦਾ ਕਾਰਨ ਸੀ, ਸ਼ਲਾਘਾਯੋਗ ਕਦਮ ਨਹੀਂ ਸੀ, ਇਹ ਇੱਕ ਨਿੰਦਣਯੋਗ ਜਿਹੜਾ ਇਹਨਾਂ ਨੇ ਸਟੈਪ ਲਿਆ ਸੀ। ਤਾਂ ਜੋ ਮੈਂ ਆਪਣੇ ਸਰਪੰਚ ਸਾਹਿਬ ਨੇ ਕਹਿੰਦਾ, ਸਰਪੰਚ ਸਾਹਿਬ ਨੇ ਸਾਡਾ ਇੱਥੋਂ ਦੇ ਲੋਕਾਂ ਦਾ ਬਹੁਤ ਸਹਿਯੋਗ ਦਿੱਤਾ। ਪਾਪੜੀ ਹਸੀਅਤ ਦੇ ਨਾਲ ਜੋ ਪ੍ਰਮੁੱਖ ਗੌਰਮੈਂਟ ਦੀ ਤਰਫੋਂ ਕੰਮ ਕਰਨਾ ਸੀ ਉਹ ਨਹੀਂ, ਪਾਪੜੀ ਤਰਫੋਂ ਇਹਨਾਂ ਨੇ ਸਾਡੇ ਜਿਹੜਾ ਪ੍ਰਸਿੱਧ ਵਸਨੀਕਾਂ ਦਾ ਗ੍ਰਾਮ ਨਵੇਸਾ ਦਾ ਜਿਹੜੀ ਮਦਦ ਕੀਤੀ ਆ ਆਪਣੇ ਘਰੋਂ ਆਪਣੀ ਜੇਬ ਦੇ ਵਿੱਚੋਂ, ਨਾ ਕਿ ਗੌਰਮੈਂਟ ਦੇ ਆਏ ਹੋਏ ਫੰਡ ਦੇ ਵਿੱਚ। ਗੌਰਮੈਂਟ ਨੇ ਫੰਡ ਹੀ ਨਹੀਂ ਦਿੱਤਾ ਉਹਨਾਂ ਨੂੰ ਕੋਈ ਵੀ, ਲਓ ਜੀ ਆਪਣੇ ਕੋਲ ਤੁਸੀਂ ਗੌਰਮੈਂਟ ਦਾ ਫੰਡ ਆਇਆ ਉਹਨੂੰ ਤੁਸੀਂ ਇਹ ਇਸਤੇਮਾਲ ਕਰਕੇ ਗਰੀਬਾਂ ਦੀ ਮਦਦ ਕਰੋ। ਇਹਨਾਂ ਨੇ ਆਪਣੀ ਹਸੀਅਤ ਦੇ ਨਾਲ ਜਿਹੜਾ ਸਰਪੰਚਾਂ ਦਾ ਲੋਕਾਂ ਦਾ ਸਾਥ ਦਿੱਤਾ ਵਾ।
ਅਸੀਂ ਇਹ ਸਰਪੰਚ ਨੇ ਬਹੁਤ ਹੀ ਸ਼ਲਾਘਾ ਜੋ ਸਰਕਾਰ 'ਤੇ ਮਾਣ ਕਰਦੇ ਹਾਂ ਆਪਣੇ ਸਰਪੰਚ जिस तरह कोई बंद आता हुआ कि इस टाइम कई गल चल रही कि तू वार्ड है ਇੱਥੋਂ ਦੇ ਸਰਪੰਚ ਸਾਹਿਬ ਨੇ ਤਾਂ ਇੱਦਾਂ ਨਹੀਂ ਕੀਤਾ ਗਾ ਇਹ ਤਾਂ ਸਭ ਕੁਛ ਚੱਲਦਾ ਜੀ ਵਾਰਡ ਵਾਲੇ ਕਹਿੰਦੇ ਆ ਜੀ ਹੁਣ ਸਾਨੂੰ ਗੌਰਮੈਂਟ ਦੀ ਤਰਫੋਂ 50 ਕਿੱਟਾਂ ਆਈਆਂ ਵਾਰਡਾਂ ਸਾਡੀਆਂ 7 ਨੇ 7 ਦੇ ਵਿੱਚ ਲਾ ਲਓ ਸਾਹਿਬ ਇੱਕ ਵਾਰਡ ਦੇ ਵਿੱਚ ਜੇ 50 ਘਰ ਹੈ ਤਾਂ ਉਹ 50 ਕਿੱਟਾਂ ਅਸੀਂ ਕਿਸ ਤਰ੍ਹਾਂ ਪੂਰੀਆਂ ਕਰ ਦੂ ਸਰਪੰਚ ਕਿੱਥੋਂ ਪੂਰੀਆਂ ਕਰ ਦੂਗਾ ਪਰ ਇਹ ਸਾਰੇ ਇੱਕ ਵਾਰਡ ਵਾਲੇ ਨੇ ਕਹਿਣਾ ਸਾਡੇ ਘਰ ਦੇ ਇੱਕ ਵਿੱਚ ਇੱਕ ਦੇ ਵਿੱਚ ਜਿਹੜੀ ਸਾਨੂੰ ਰਸਮ ਦਿੱਤਾ ਜਾਵੇ ਸਰਪੰਚ ਕਿੱਥੋਂ ਦੇ ਦੂਗਾ ਇਹ ਤਾਂ ਅਣ ਜਿਹੜੀ ਹੈ ਨਾ ਅਣਕਿਆਸੀ ਗੱਲ ਜਾਂ ਆਪਾਂ ਅਣਮਿੱਥੀ ਗੱਲ ਕਹਿ ਸਕਦੇ ਨਾ ਆਪਾਂ ਕੋਈ ਇਹਦੇ 'ਚ ਕੋਈ ਵਡਿਆਈ ਤਾਂ ਕਰ ਨਹੀਂ ਸਕਦੀ 50 ਕਿੱਟਾਂ ਆਇਆ 7 ਵਾਰਡਾਂ ਨੇ 50 ਇੱਕ ਘਰ ਇੱਕ ਵਾਰਡ ਦੇ ਵਿੱਚ 50 ਘਰ ਨੇ ਸਰਪੰਚ ਕਿਸ ਤਰ੍ਹਾਂ ਉਹਨਾਂ ਨੂੰ ਇੱਕ ਘਰ ਦੋ ਹਰ ਇੱਕ ਨੂੰ ਦੁਨੀਆਂ 50 ਕਿੱਟਾਂ ਮੰਨ ਦੇਊਗਾ ਇਸ ਕਰਕੇ ਇਹਦੇ ਵਿੱਚ ਸਰਪੰਚ ਦੀ ਵੀ ਬਹੁਤ ਮਜਬੂਰੀ ਆ ਲੋਕ ਜਿਹੜੀ ਆ ਆਪਣੀ ਬੁਰੀ ਭਾਵਨਾ ਦੇ ਨਾਲ ਸਰਪੰਚ ਵੀ ਦੇਖ ਰਹੇ ਆ ਕੈਪਟਨ ਸਰਕਾਰ ਨੂੰ ਵੀ ਦੇਖ ਰਹੇ ਆ ਮੋਦੀ ਸਰਕਾਰ ਨੂੰ ਵੀ ਦੇਖ ਰਹੇ ਆ ਸਾਥੀਆਂ ਜੀ ਜਿਹੜੇ ਪਰਿਵਾਰ ਨੇ ਇੱਥੋਂ ਦੀ ਇਹਨਾਂ ਦੀ ਇੰਨੀ ਮਾੜੀ ਸਥਿਤੀ ਆ ਉਹ ਸਰਪੰਚ ਨੂੰ ਵੀ ਗਾਲਾਂ ਕੱਢਦੇ ਕੈਪਟਨ ਸਰਕਾਰ ਨੂੰ ਵੀ ਗਾਲਾਂ ਕੱਢਦੇ ਮੋਦੀ ਸਰਕਾਰ ਨੂੰ ਵੀ ਗਾਲਾਂ ਕੱਢਦੇ ਆ ਕੋਈ ਵੀ ਖੁਸ਼ ਇਹਨਾਂ ਸਰਕਾਰਾਂ ਦੇ ਉੱਤੇ ਜਾਂ ਸਰਪੰਚ ਦੇ ਉੱਤੇ ਖੁਸ਼ ਨਹੀਂ ਗਾ ਸਰਕਾਰ ਦੇ ਲੋਕਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਸੰਦੇਸ਼ ਦੇਣਾ ਚਾਹੁੰਦੇ ਹੋ ਅਸੀਂ ਤੇ ਸਰਕਾਰ ਨੂੰ ਇਹ ਆਦੇਸ਼ ਦੇਣਾ ਚਾਹੁੰਦੇ ਜੋ ਤੁਸੀਂ ਕਹਿੰਦੇ ਜੇ ਉਹ ਕਰਕੇ ਦਿਖਾਓ ਕਹਿਣ ਦੇ ਨਾਲ ਤੇ ਗੱਲਾਂ ਬਹੁਤ ਨਹੀਂ ਕਰਦੇ ਬਹੁਤ ਘੱਟ ਆ ਗੱਲਾਂ ਜ਼ਿਆਦੀਆਂ ਕਰਦੇ ਨੇ ਕੈਪਟਨ ਸਰਕਾਰ ਵੀ ਗੱਲਾਂ ਬੜੀਆਂ ਕਰਦਾ ਮੋਦੀ ਸਰਕਾਰ ਵੀ ਗੱਲਾਂ ਕਰਦਾ ਅਸੀਂ ਗਰੀਬ ਦੇ ਖਾਤੇ ਦੇ ਵਿੱਚ 500 ਰੁਪਈਆ ਪਾ ਦਿੱਤਾ ਇੱਕ ਘਰ ਦੇ ਨਾਲ 500 ਰੁਪਈਆ ਪਾ ਦਿੱਤਾ ਜੀ ਉਹਦੇ ਨਾਲ ਦੇਖੋ ਦੱਸੋ ਮਹੀਨਾ ਕੱਢ ਦੂਗਾ ਘਰ ਵੀ 500 ਰੁਪਈਆ ਦੇ ਇੱਕ ਗਰੀਬ ਦਾ ਜਿਹੜਾ ਰੋਜ਼ ਦਾ ਖਰਚਾ ਹੈ आदमी जाके इन राशे बीमारी लेके आ जाऊ उन्हें दूसरे परिवार लेके डूब गया जो दूजे परिवार ने भी डूब दिता जो असि कहवांगे कि उसे कुछ नहीं हो सकता क्यों नहीं हो सकता उन्होंने बहुत वड्डा एक हादसा तैयार कर दिता वड्डी जिद्दां आपां एक पासे ਲੋਕਡਾਊਨ ਕਰਨੇ ਇੱਕ ਲੋਕਡਾਊਨ ਖੁੱਲ੍ਹਾ ਕਰਨ ਡਏ ਆ ਜਿਹਦੇ ਵਿੱਚ ਬਿਮਾਰੀ ਜਿਹੜਾ ਜ਼ਿਆਦਾ ਸਪਰੈਡ ਹੋ ਸਕਦੀ ਆ ਬਿਮਾਰੀ ਦਾ ਵਧਾਓ ਵੱਧ ਸਕਦਾ ਵਾ ਇਹਨਾਂ ਨੇ ਕੀ ਸੋਚ ਕੇ ਜਿਹੜੇ ਅਸੀਂ ਲੋਕਡਾਊਨ ਕਰ ਦਿੱਤਾ ਲੋਕਡਾਊਨ ਤਾਂ ਪਹਿਲਾਂ ਸੁਚੇਤ ਕਰਨਾ ਚਾਹੀਦਾ ਸੀ ਉਹਦੇ ਬਾਰੇ ਇਹਨਾਂ ਨੂੰ ਸਮਝਾਉਣਾ ਚਾਹੀਦਾ ਸੀ ਹਫ਼ਤਾ ਦੋ ਹਫ਼ਤਾ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਸਾਰੇ ਦੇਸ਼ ਦੇ ਵਿੱਚ ਭਰੇ ਪੂਰੇ ਵਰਲਡ ਦੇ ਵਿੱਚ ਮਹਾਂਮਾਰੀ ਫੈਲ ਗਈ ਆ ਇਹਨਾਂ ਨੂੰ ਪਤਾ ਲੱਗਣਾ ਸੀ ਕਿ ਕਿਸ ਤਰ੍ਹਾਂ ਇਹਨੂੰ ਕੰਟਰੋਲ ਕਰਨਾ ਇਹਨਾਂ ਨੇ ਨਾ ਕਿਸੇ ਨੂੰ ਸਮਝਾਇਆ ਨਾ ਕਿਸੇ ਸਟੇਟ ਨੂੰ ਸਮਝਾਇਆ ਨਾ ਕਿਸੇ ਮੰਤਰੀ ਨੂੰ ਸਮਝਾਇਆ ਨਾ ਕਿਸੇ ਅੱਗੇ ਬਲਾਕ ਦੇ ਵਿੱਚ ਕਿਸੇ ਨੇ ਸਮਝਾਇਆ ਲੋਕਡਾਊਨ ਕਰਦਾ ਜੀ ਘਰੋਂ ਨਾ ਬਾਹਰ ਨਾ ਨਿਕਲ ਜਾਵੇ ਲੋਕਡਾਊਨ ਦਾ ਅੱਧੇ ਵਸਨੀਕਾਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਲੋਕਡਾਊਨ ਕਿਹਾ ਕਿਹਨੂੰ ਜਾਂਦਾ ਇਸ ਚੀਜ਼ ਦੇ ਬਾਰੇ ਕਿਸੇ ਨੂੰ ਜਿਹੜਾ ਸੀ ਜਾਣ ਦੱਸਣਾ ਚਾਹੀਦਾ ਸਮਝਾਉਣਾ ਚਾਹੀਦਾ ਸੀ ਵੀ ਭਾਈ ਜੰਗੋ ਇੰਨੇ ਚਿਰ ਵਾਸਤੇ ਜਿਹੜਾ ਆਪਾਂ ਇਸ ਮਹਾਂਮਾਰੀ ਦਾ ਜਿਹੜੀ ਆ ਰੋਕਥਾਮ ਕਰਨੀ ਆ ਕੰਮ ਸਾਰੇ ਬੰਦ ਹੋ ਜਾਣਗੇ ਕਿਸ ਤਰ੍ਹਾਂ ਤੁਸੀਂ ਘਰੋਂ ਨਹੀਂ ਨਿਕਲਣਾ ਤੁਸੀਂ ਕਿਸ ਤਰ੍ਹਾਂ ਆਪਣਾ ਗੁਜ਼ਾਰਾ ਕਰਨਾ ਉਹਨਾਂ ਨੂੰ ਅੰਦਰ ਹੀ ਬੰਦ ਕਰ ਦਿੱਤਾ ਉਹਨਾਂ ਦੇ ਰੁਜ਼ਗਾਰ ਬੰਦ ਕਰ ਦਿੱਤੇ ਗੌਰਮੈਂਟ ਨੇ ਕਿਸ ਤਰ੍ਹਾਂ ਦਾ ਆਪਣੀ ਸਿਚੁਏਸ਼ਨ ਦੇ ਨਾਲ ਜਿਹੜਾ ਲੋਕਡਾਊਨ ਕਰ ਦਿੱਤਾ ਕਿਸੇ ਨੂੰ ਸਮਝਾਉਣਾ ਚਾਹੀਦਾ ਸੀ ਇਹ ਤਾਂ ਸਮਝਾਇਆ ਨਹੀਂ ਆ ਲੋਕਡਾਊਨ ਕਰ ਦਿੱਤਾ ਅੱਗੇ ਸੀਐਮ ਨੂੰ ਨਹੀਂ ਪਤਾ ਲੱਗਾ ਡੀਸੀ ਨੂੰ ਪਤਾ ਨਹੀਂ ਲੱਗਾ ਅੱਗੇ ਜਿਹੜੇ ਬਲਾਕ ਵਾਲੇ ਨੇ ਉਹਨਾਂ ਨੂੰ ਨਹੀਂ ਪਤਾ ਲੱਗਾ ਸਾਡੇ ਪੁਲਿਸ ਸਟੇਸ਼ਨਾਂ ਨੂੰ ਨਹੀਂ ਪਤਾ ਲੱਗਾ 15-15-20 ਦਿਨ ਲੋਕਡਾਊਨ ਹੋ ਗਿਆ ਆਣ ਕੇ ਸਾਨੂੰ ਪੁਲਿਸ ਸਟੇਸ਼ਨ ਕਹਿੰਦੀ ਜੀ ਲੋਕਡਾਊਨ ਹੋ ਗਿਆ ਤੁਸੀਂ ਘਰੋਂ ਬਾਹਰ ਨਹੀਂ ਨਿਕਲੋ ਉਹ ਵਿਚਾਰਿਆਂ ਦੇ ਕਿ ਇੱਕ ਦਿਨ ਦੇ ਕਿਸੇ ਕੋਲ ਰੋਟੀ ਪਾਣੀ ਨਹੀਂ ਰੱਖ ਸਕਣੀ ਅਤੇ 15 ਦਿਨ ਤੋਂ ਉਹਨਾਂ ਪਹਿਲਾਂ ਲੋਕਡਾਊਨ ਕਰ ਦਿੱਤਾ ਇਹ ਕਿਸ ਤਰ੍ਹਾਂ ਦੀ ਜਿਹੜੀ ਗੱਲਬਾਤ ਸੀ ਇਹ ਕਿਸ ਤਰ੍ਹਾਂ ਦੀ ਸਥਿਤੀ ਸੀ ਇਹਦੇ ਵਿੱਚ ਸਰਕਾਰ ਨੂੰ ਤੁਸੀਂ ਨਾਕਾਮ ਹੀ ਸਮਝਦੇ ਅਸੀਂ ਨਾਕਾਮ ਦੋਨੇ ਸਰਕਾਰਾਂ ਨਾਕਾਮ ਰਹੇ ਹਾਂ ਗੱਲਾਂ ਜਾਤੀਆਂ ਕਰਦੇ ਨੇ ਕੰਮ ਕੋਈ ਨਹੀਂ ਕਰਦਾ ਗਰੀਬਾਂ ਨੂੰ ਅੱਗੇ ਜਿਹੜਾ ਨੋਟਬੰਦੀ ਦੇ ਵਿੱਚ ਮੋਦੀ ਸਰਕਾਰ ਨੇ ਜਿਹੜਾ ਸੀ ਘਰੋਂ ਘਰ ਕਰ ਦਿੱਤਾ ਅਤੇ ਇਸ ਲੋਕਡਾਊਨ ਦੇ ਵਿੱਚ ਮੋਦੀ ਸਰਕਾਰ ਨੇ ਜਿਹੜਾ 500 ਰੁਪਈਆ ਖਾਤੇ ਦਾ ਲਾ ਕੇ ਘਰਾਂ 'ਤੇ